ਸ੍ਰੀ ਅਕਾਲ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੇ ਵਿੱਚ, ਵੈਲਕਮ ਨਵੀਂ ਵੀਡੀਓ ਦੇ ਵਿੱਚ। ਅੱਜ ਅਸੀਂ ਸਿੰਪਲ ਫਲਾਵਰ ਬੂਟੀਆਂ, ਜਿਹਨੂੰ ਕਹਿ ਸਕਦੇ ਪੰਜਾਬੀ ਦੇ ਵਿੱਚ, ਉਹ ਤਿਆਰ ਕਰਕੇ ਵਿਖਾਉਣ ਲੱਗੇ ਹਾਂ, ਬਿਲਕੁਲ ਸਿੰਪਲ ਜੀਆਂ, ਕਿਉਂਕਿ ਅੱਜ ਆਪਣੇ ਦੋ ਵਲੌਗ ਤਿਆਰ ਨੇ। ਫਿਰ ਵੀ ਆਪਾਂ ਜਿਹੜਾ ਪੇਂਟਿੰਗ ਦਾ ਵਲੌਗ ਉਹ ਬੰਦ ਨਹੀਂ ਕਰਨ ਲੱਗੇ ਆਪਾਂ, ਕਿਉਂਕਿ ਅੱਜ ਦੀ ਵੀਡੀਓ ਪਾਉਣੀ ਸੀਗੀ, ਉਹ ਵੀ ਬਿਲਕੁਲ ਨੋਰਮਲੀ ਤੁਹਾਨੂੰ ਪੇਂਟਿੰਗ ਤਿਆਰ ਕਰਕੇ ਦਿਖਾ ਦੇਣ ਲੱਗੇ ਹਾਂ, ਕਿਉਂਕਿ ਅੱਜ ਵਲੌਗ ਆਪਣਾ ਬਰਥਡੇ ਦਾ ਤਿਆਰ ਹੋਇਆ ਹੋਇਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਅੱਜ ਬੇਟੇ ਦਾ ਬਰਥਡੇ ਸੀਗਾ, ਜਿੰਨਾ ਕੁ ਹੋ ਸਕਿਆ ਉਨਾ ਕੁ ਸੈਲੀਬ੍ਰੇਟ ਕੀਤਾ ਆਪਾਂ, ਅਤੇ ਬਾਕੀ ਹੋ ਸਕਦਾ ਹੈ ਤੁਸੀਂ ਸਪੋਰਟ ਕਰੋਗੇ ਅਤੇ ਅੱਗੇ ਤੋਂ ਆਪਾਂ ਥੋੜ੍ਹਾ ਜਿਹਾ ਵਧੀਆ ਅਤੇ ਇਹੋ ਹੀ ਬਰਥਡੇ ਜਾ ਕੇ ਗਰੀਬਾਂ ਦੇ ਵਿੱਚ ਆਪਾਂ ਸੈਲੀਬ੍ਰੇਟ ਕਰੀਏ, ਅਤੇ ਤੁਹਾਡੀ ਸਪੋਰਟ ਨਾਲ ਇਹ ਬਰਥਡੇ ਆਪਾਂ ਗਰੀਬਾਂ ਦੇ ਵਿੱਚ ਮਨਾਈਏ, ਤਾਂ ਜੋ ਜਿਹੜੀ ਚੀਜ਼ ਆਪਾਂ ਆਪਣੇ ਘਰ ਦੇ ਵਿੱਚ ਯੂਜ਼ ਕੀਤੀ ਖਾਣ ਨੂੰ, ਇਹੀ ਚੀਜ਼ ਯੂਜ਼ ਆਪਾਂ ਉਹਨਾਂ ਗਰੀਬਾਂ ਲੋਕਾਂ ਦੇ ਵਿੱਚ ਕਰੀਏ, ਅਤੇ ਉਹਨਾਂ ਨੂੰ ਵੀ ਚੀਜ਼ਾਂ ਦੇ ਸਕੀਏ, ਕਿਉਂਕਿ ਆਪਾਂ ਇਹ ਚੀਜ਼ਾਂ ਘਰ ਬਹਿ ਕੇ ਖਾ ਲੈਂਦੇ ਹਾਂ, ਉਹ ਵਿਚਾਰੇ ਵੇਖ ਕੇ ਤਰਸਦੇ ਰਹਿੰਦੇ ਨੇ, ਅਤੇ ਆਪਾਂ ਇਸ ਚੀਜ਼ ਨੂੰ ਦੂਰ ਕਰਨਾ, ਗਰੀਬੀ ਨੂੰ ਦੂਰ ਕਰਨਾ ਪੰਜਾਬ ਦੀ ਨੂੰ, ਅਤੇ ਸਾਨੂੰ ਸਪੋਰਟ ਦਿਓ। ਬਾਕੀ ਆਪਾਂ ਛੋਟੀ ਵੀਡੀਓ ਤਿਆਰ ਕਰਦੇ ਹਾਂ ਪੇਂਟਿੰਗ ਦੀ, ਸਾਰੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਬੈੱਲ ਆਈਕਨ ਦਬਾਇਓ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ। ਅਤੇ ਬਾਕੀ ਅੱਜ ਨਿੱਕੀ ਜਿਹੀ ਵੀਡੀਓ ਆ ਪੇਂਟਿੰਗ ਦੀ, ਸਾਰੇ ਜਣੇ ਦੇਖਿਓ ਜੇ, ਚਾਹੇ ਇਹਨੂੰ ਸ਼ੋਰਟ ਦੇ ਵਿੱਚ ਹੀ ਦੇਖ ਲਿਓ। ਬਾਕੀ ਆਪਾਂ ਮਿਲਦੇ ਹਾਂ ਲਾਸਟ ਦੇ ਵਿੱਚ। ਇਹਨੂੰ ਆਪਾਂ ਸਿੰਗਲ ਸ਼ੇਡ ਫਲਾਵਰ ਵੀ ਕਵਾਂਗੇ। ਅਤੇ ਬਾਕੀ ਆਪਾਂ ਫਲਾਵਰ ਤਿਆਰ ਕਰਦੇ ਪਏ ਹਾਂ, ਦੇਖੋ ਤੁਸੀਂ ਸਾਰੇ ਜਣੇ ਵੀਡੀਓ। ਅਤੇ ਇੱਕ ਬਹੁਤ ਹੀ ਆਪਣੇ ਲੋਕਾਂ ਲਈ ਵੀ ਥੋੜ੍ਹੀ ਜਿਹੀ ਆਪਾਂ ਮੰਦਭਾਗੀ ਵੀ ਕਹਿ ਸਕਦੇ ਹਾਂ, ਅਤੇ ਆਪਣੇ ਲਈ ਬੈਡ ਖਬਰ ਵੀ ਕਹਿ ਸਕਦੇ ਹਾਂ, ਕਿ ਆਪਾਂ ਆਪਣੇ ਧਰਮ ਲਈ ਕਿੰਨਾ ਕੁਛ ਕਰਦੇ ਹਾਂ, ਅਤੇ ਦੂਸਰੇ ਦੇ ਧਰਮ ਲਈ ਕੀ ਕੁਛ ਕਰਦੇ ਹਾਂ। ਮੈਂ ਕਾਫੀ ਵੀਡੀਓ ਇੰਸਟਾਗ੍ਰਾਮ 'ਤੇ ਦੇਖ ਚੁੱਕਾ ਹਾਂ ਕਿ ਗਣਪਤੀ ਜੀ ਦੀਆਂ, ਗਣਪਤੀ ਬੱਪਾ ਦੀਆਂ ਜਿਹੜੀਆਂ ਮੂਰਤੀਆਂ ਨੇ, ਉਹਨਾਂ ਨੂੰ ਇੱਦਾਂ ਹੀ ਟਰੈਕਟਰਾਂ ਦੇ ਕਿਸੇ ਚੀਜ਼ਾਂ 'ਤੇ ਲਿਜਾ ਕੇ ਦੂਰੋਂ ਧੱਕਾ ਦੇ ਕੇ ਸੁੱਟਿਆ ਜਾਂਦਾ ਪਿਆ, ਤੋੜੀਆਂ ਜਾਂਦੀਆਂ ਪਈਆਂ ਨੇ, ਕਿਤੇ ਪਾਣੀ ਦੇ ਵਿੱਚ ਦੇਖੀਆਂ ਇੰਨੀਆਂ ਇੰਨੀਆਂ ਮੂਰਤੀਆਂ ਖਰਾਬ ਹੋ ਰਹੀਆਂ, ਪੈਰਾਂ 'ਚ ਰੁਲਦੀਆਂ ਪਈਆਂ ਨੇ। ਇਹ ਬਹੁਤ ਮੰਦਭਾਗੀ ਗੱਲ ਆ, ਇਹ ਚੀਜ਼ ਹੋਣੀ ਨਹੀਂ ਚਾਹੀਦੀ। ਜੇਕਰ ਆਪਾਂ ਆਪਣੇ ਧਰਮ ਦਾ, ਪੰਜਾਬੀ ਧਰਮ ਦਾ, ਸਿੱਖ ਧਰਮ ਦਾ ਸਤਿਕਾਰ ਕਰਦੇ ਹਾਂ, ਆਪਾਂ ਦੂਸਰੇ ਦੇ ਧਰਮ ਦਾ ਵੀ ਸਤਿਕਾਰ ਕਰਨਾ ਆਉਣਾ ਚਾਹੀਦਾ। ਇਸੇ ਲਈ ਮੈਂ ਤੁਹਾਨੂੰ ਕਹਿੰਦਾ ਹੈ ਕਿ ਹਮੇਸ਼ਾ ਦੂਸਰੇ ਦੇ ਧਰਮ ਦਾ ਵੀ ਸਤਿਕਾਰ ਕਰਿਆ ਕਰੋ। ਤੁਸੀਂ ਇੱਕ ਵੀਡੀਓ ਹੋਰ ਦੇਖੀ ਹੋਊਗੀ, ਬਾਕੀ ਪਤਾ ਨਹੀਂ ਕਿਸੇ ਨੇ ਦੇਖੀ ਆ ਜਾਂ ਨਹੀਂ ਦੇਖੀ, ਕਿਉਂਕਿ ਹੋਰ ਚੀਜ਼ਾਂ, ਮਾੜੀਆਂ ਚੀਜ਼ਾਂ ਜਾਂ ਕੋਈ ਕੁੜੀਆਂ ਦਾ ਡਾਂਸ, ਕੁਛ ਹੋਰ ਚੀਜ਼ਾਂ ਤੁਹਾਨੂੰ ਲੋਕਾਂ ਨੂੰ ਬਹੁਤ ਜਲਦੀ ਨਜ਼ਰ ਆਉਂਦੀਆਂ, ਪਰ ਆਹ ਚੀਜ਼ਾਂ ਬਹੁਤ ਘੱਟ ਨਜ਼ਰ ਆ ਰਹੀਆਂ, ਕਿਉਂਕਿ ਇਹਨਾਂ ਚੀਜ਼ਾਂ 'ਤੇ ਤੁਸੀਂ ਲੋਕ ਨਹੀਂ ਬੋਲਦੇ ਪਏ। ਇੱਕ ਮੈਂ ਨਿਊਜ਼ ਦੇਖੀ ਸੀਗੀ, ਇੱਕ ਗਣਪਤੀ ਬਾਬਾ ਜੀ ਦੇ ਕੋਈ ਝਾਕੀਆਂ ਕੱਢੀਆਂ ਜਾਂਦੀਆਂ ਪਈਆਂ ਸੀ, ਢੋਲ ਵਜਾਏ ਜਾਂਦੇ ਪਏ ਸੀ,
ਉੱਥੇ ਨਮਾਜ਼ ਦਾ ਟਾਈਮ ਸੀਗਾ। ਜਦੋਂ ਨਮਾਜ਼ ਦਾ ਟਾਈਮ ਅਦਾ ਹੋਇਆ, ਜਦੋਂ ਸਪੀਕਰ ਦੇ ਵਿੱਚ ਉਹਨਾਂ ਨੇ ਬੋਲਿਆ, ਅਤੇ ਉਸ ਟਾਈਮ ਜਿਹੜੇ ਢੋਲਕੀ ਵਾਲੇ ਨੇ ਵੀ ਆਪਣੀ ਢੋਲਕੀ ਬੰਦ ਕਰਕੇ, ਅਤੇ ਜਿਹੜਾ ਬੰਦਾ ਭੇਟਾਂ ਕੁਛ ਵੀ ਗਾਉਂਦਾ ਪਿਆ ਸੀਗਾ ਉਸ ਦਿਨ, ਉਹਨੇ ਵੀ ਬੋਲਣਾ ਉਸੇ ਟਾਈਮ ਬੰਦ ਕਰ ਦਿੱਤਾ ਸੀ। ਇਹ ਹੁੰਦਾ ਧਰਮ ਦਾ ਸਤਿਕਾਰ। ਇਹ ਨਹੀਂ ਧਰਮ ਦਾ ਸਤਿਕਾਰ ਕਿ ਜਾ ਕੇ ਆਪਾਂ ਉਹਨਾਂ ਦੀਆਂ ਮੂਰਤੀਆਂ ਪਾਣੀ 'ਚ ਧੱਕੇ ਦੇ ਦੇ ਕੇ ਸੁੱਟੀ ਜਾਂਦੇ ਹਾਂ, ਕੁਛ ਬਾਹਰ ਗੰਦਗੀ 'ਤੇ ਪਈਆਂ ਹੋਈਆਂ, ਕੁਛ ਕਿਤੇ ਪਈਆਂ ਹੋਈਆਂ। ਇਹ ਚੀਜ਼ਾਂ ਨੂੰ ਆਪਾਂ ਬੰਦ ਕਰੀਏ, ਹਰੇਕ ਧਰਮ ਦਾ ਸਤਿਕਾਰ ਕਰੀਏ। ਫਿਰ ਆਪਾਂ ਕਹਿੰਦੇ ਹਾਂ ਜੀ ਸਾਨੂੰ ਰੱਬ ਆ ਨਹੀਂ ਦਿੰਦਾ, ਸਾਨੂੰ ਰੱਬ ਆ ਨਹੀਂ ਦਿੰਦਾ। ਫਿਰ ਰੱਬ ਵੀ ਕਿੱਥੋਂ ਮਿਹਰਬਾਨ ਹੋ ਜਾਏ? ਤੁਸੀਂ ਇਹ ਦੇਖੋ ਕਿ ਕਿੰਨੇ ਚਿਰ ਤੋਂ ਕਦੀ ਮਨਾਲੀ ਦੇ ਵਿੱਚ ਹੜ੍ਹ ਆ ਜਾਂਦੇ ਆ, ਕਦੀ ਮਨੀਕਰਨ ਸਾਹਿਬ ਹੜ੍ਹ ਆ ਜਾਂਦੇ ਆ। ਮਨੀਕਰਨ ਸਾਹਿਬ ਵੀ ਇੱਕ ਗੁਰੂ ਦਾ ਦੁਆਰ ਹੈ, ਪਰ ਫਿਰ ਵੀ ਉੱਥੇ ਪਾਣੀ ਕਾਫੀ ਆ ਜਾਂਦਾ। ਕਿਉਂ? ਕਿਉਂਕਿ ਇਹ ਚੀਜ਼ਾਂ ਆਪਾਂ ਆਪ ਹੀ ਲੋਕਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਕੁਦਰਤ ਵੀ ਇਹੀ ਚੀਜ਼ ਕਰੇਗੀ ਤੁਹਾਡੇ ਨਾਲ। ਅਤੇ ਹੁਣ ਤੁਸੀਂ ਆਹ ਨਵੀਆਂ ਵੀਡੀਓ ਦੇਖੋ, ਇੰਸਟਾਗ੍ਰਾਮ 'ਤੇ ਚੈੱਕ ਕਰੋ ਜਾ ਕੇ ਕਿ ਮੂਰਤੀਆਂ ਦਾ ਕਿੰਨਾ ਅਪਮਾਨ ਕੀਤਾ ਜਾ ਰਿਹਾ। ਬਾਕੀ ਆਪਾਂ ਇਹਨਾਂ ਚੀਜ਼ਾਂ ਨੂੰ ਰੋਕੀਏ, ਅਤੇ ਅਗਰ ਆਪਾਂ ਇਹ ਚੀਜ਼ਾਂ ਨਹੀਂ ਕਰ ਸਕਦੇ, ਉਹਨਾਂ ਦੀ ਦੇਖ ਰੇਖ ਨਹੀਂ ਕਰ ਸਕਦੇ, ਸੰਭਾਲ ਨਹੀਂ ਕਰ ਸਕਦੇ, ਫਾਇਦਾ ਕੀ ਉਹਨਾਂ ਚੀਜ਼ਾਂ ਦੀ ਪੂਜਾ ਕੀਤੀ ਦਾ, ਕਿ ਉਹਦੇ ਨਾਲੋਂ ਜ਼ਿਆਦਾ ਦੋ ਗੁਣਾ ਕੀ ਬਹੁਤ ਜ਼ਿਆਦਾ ਭਾਰ ਆਪਾਂ ਆਪਣੇ ਸਿਰ 'ਤੇ ਚੜ੍ਹਾ ਲਿਆ। ਆਓ ਜਿਹੜੀਆਂ ਮੂਰਤੀਆਂ, ਕਿਉਂਕਿ ਅਸੀਂ ਇੰਨੇ ਲਾਇਕ ਨਹੀਂ ਗਏ ਕਿ ਅਸੀਂ ਇਹ ਕਰ ਸਕੀਏ। ਬਾਕੀ ਜਿਹੜਾ ਮੇਰਾ ਭਰਾ ਮੇਰੀ ਭੈਣ ਇਸ ਲਾਇਕ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਮੂਰਤੀਆਂ ਨੂੰ ਸੰਭਾਲ ਸਕਦਾ ਹੈ, ਉਹ ਜਾ ਕੇ ਅੱਗੇ ਵਧੇ ਅਤੇ ਸਪੋਰਟ ਕਰੇ, ਤਾਂ ਜੋ ਉਹਨੂੰ ਸਭ ਤੋਂ ਪਹਿਲਾਂ ਦੁਨੀਆ ਦੀ ਸਪੋਰਟ ਮਿਲੂਗੀ, ਗਣਪਤੀ ਜੀ ਨੂੰ ਦਿਲੋਂ ਮੰਨਣ ਵਾਲਿਆਂ ਦੀ ਸਪੋਰਟ ਮਿਲੂਗੀ। ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਆਂ ਨਵੀਆਂ ਪੇਂਟਿੰਗਾਂ ਦੀਆਂ ਵੀਡੀਓ ਦੇਖਿਆ ਕਰੋ, ਨਾਲੇ ਸਾਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਹੋ ਜਿਹੀਆਂ ਲੱਗਦੀਆਂ ਨੇ ਇਹ ਵੀਡੀਓ ਪੇਂਟਿੰਗ ਵਾਲੀਆਂ ਤੁਹਾਨੂੰ। ਅਤੇ ਅੱਜ ਇੱਕ ਚੈਨਲ 'ਤੇ ਵੀਡੀਓ ਬਰਥਡੇ ਦੀ ਵੀ ਆ ਰਹੀ ਆ, ਅਤੇ ਉਹਨੂੰ ਵੀ ਸਪੋਰਟ ਕਰਨਾ, ਲਾਈਕ ਕਰਨਾ, ਵੀਡੀਓ ਨੂੰ ਸ਼ੇਅਰ ਕਰਨਾ। ਅਤੇ ਬਾਕੀ ਆਪਾਂ ਇਸੇ ਤਰ੍ਹਾਂ ਵੀਡੀਓ ਚੈਨਲ ਦੇ ਉੱਪਰ ਪੇਂਟਿੰਗ ਦੀਆਂ ਡੇਲੀ ਪਾਉਂਦੇ ਰਹਾਂਗੇ, ਅਤੇ ਤੁਸੀਂ ਆਪਦੇ ਰਿਵਿਊ ਦਿੰਦੇ ਰਹਿਣਾ ਹੈ ਸਦਾ ਉਹਨੂੰ, ਅਤੇ ਸਾਨੂੰ ਸਪੋਰਟ ਕਰਨੀ ਆ। ਅਤੇ ਅੱਜ ਦੀ ਪੇਂਟਿੰਗ ਬਣ ਕੇ ਆਪਣੀ ਇੱਥੇ ਤਿਆਰ ਆ, ਆਪਾਂ ਹੁਣ ਮਿਲਾਂਗੇ ਨਵੀਂ ਪੇਂਟਿੰਗ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵੱਸਦੇ ਰਹੋ, ਖੁਸ਼ੀਆਂ ਮਾਣੋ, ਗੁੱਡ ਨਾਈਟ। ਚੈਨਲ ਨੂੰ ਕਰੋ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਵੇ। ਉਸ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਲਾਈਕ ਕਰ ਦਿਓ ਅਤੇ ਸੋਹਣੇ ਸੋਹਣੇ ਜੇ ਕਮੈਂਟ ਕਰ ਦਿਓ। ਅਤੇ ਇੱਥੇ ਆਪਾਂ ਅੱਜ ਦੀ ਕਰਦੇ ਹਾਂ ਸਮਾਪਤੀ।